ਨਾਟੂ ਖਾਂ ਤੇ ਪਾਟੇ ਖਾਂ ਦੀ ਬੋਲੀ ਦਾ ਹੁਸਨ ਨਿੰਦਿਆ ਵਿੱਚ ਨਿਖਰਦਾ ਹੈ ਇਹ ਇੱਕ ਇੱਕ ਵਾਕ ਵਿੱਚ 10 10 ਗਾਲਾਂ ਪਰੋਸਦੇ ਹਨ ਈਰਖਾ ਕਰਨਾ ਇਹਨਾਂ ਵਿਚਾਰਿਆਂ ਦਾ ਸੁਭਾਅ ਹੁੰਦਾ ਹੈ ਇਹਨਾਂ ਦੇ ਮਾਂ-ਬਾਪ ਇਹਨਾਂ ਕੋਲ ਨਹੀਂ ਰਹਿੰਦੇ ਕਿਉਂਕਿ ਉਹ ਇਹਨਾਂ ਦੇ ਪਿਆਰ ਤੋਂ ਅੱਕੇ ਹੋਈ ਹੁੰਦੇ ਹਨ ਇਹ ਲੋਕ ਗੁਸਲਖਾਨੇ 'ਚ ਇਤਨਾ ਚਿਰ ਲਾਉਂਦੇ ਹਨ ਜਿਵੇਂ ਕੋਈ ਕੋਰਸ ਕਰ ਰਹੀ ਹੋਣ ਸਧਾਰਨ ਸਾਬਣ ਇਨਾਂ ਦੀ ਮੈਲ ਨਹੀਂ ਲਾ ਸਕਦੇ ਸੋ ਮਹਿੰਗੇ ਸਾਬਣ ਵਰਤਣਾ ਇਹਨਾਂ ਦਾ ਸ਼ੌਕ ਨਹੀਂ ਮਜਬੂਰੀ ਹੁੰਦੀ ਹੈ ਇਹ ਕੱਪੜਿਆਂ ਨਾਲ ਆਪਣੀ ਜਾਣ ਪਛਾਣ ਕਰਵਾਉਂਦੇ ਹਨ ਇਹ ਲੋੜ ਨਾਲੋਂ ਵਧੇਰੇ ਕੱਪੜੇ ਪਾਉਂਦੇ ਹਨ ਕਿਉਂਕਿ ਇਹਨਾਂ ਨੂੰ ਆਪਣੇ ਨੰਗੇ ਹੋਣ ਦਾ ਡਰ ਹੁੰਦਾ ਹੈ ਇਸ ਸਾਡੀ ਨਫ਼ਰਤ ਦੇ ਨਹੀਂ ਸਾਡੀ ਤਰਸ ਦੇ ਪਾਤਰ ਹੋਣੇ ਚਾਹੀਦੇ ਹਨ ਇਹ ਸયોગ ਹੀ ਨਹੀਂ ਹੁੰਦੇ ਕਿ ਇਹਨਾਂ ਨਾਲ ਬੈਸਿਆ ਜਾਵੇ ਜਾਂ ਇਹਨਾਂ ਨਾਲ ਕਿਸੇ ਗੱਲ ਤੇ ਲੜਿਆ ਜਾਵੇ